गुरुद्वारा सिंह शहीद डेरा संत बाबा जरनैल सिंह जी नंगल वेठ आलोवाल फिलौर विखे धार्मिक प्रोग्राम करवाया। मुख सेवादार बाबा सुखविंदर सिंह जी ते इलाके दियां संगतां ने मनाया। इस मौके दो श्री अखंड पाठा दे भोग पाए गए। उपरांत कीर्तनी ढाडी जत्थिया ने रसपिनी गुरबाणी नाल संगतां नूं निहाल किया। इस मौके डॉक्टर अमरजोत सिंह संधु, बीबी करमजीत कौर संधु, हरजीत सिंह, गोपी सिंह, दारा सिंह, अजय सिंह नागी, बलविंदर कौर, बलदेव सिंह खालसा, जसबीर सिंह ते संगतां शामिल सन। शान न्यूज तो कैमरामैन डिंपल दे नाल अजय सिंह नागी की रिपोर्ट। ਸਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਨੰਗਲ ਵੇਖ ਆਲੋ ਹੋ ਵਿਖੇ ਹਰ ਹਫ਼ਤੇ ਦੀ ਤਰ੍ਹਾਂ ਜੋ ਜਵਾਨ ਸੱਜਦੇ ਹਨ, ਅੱਜ ਦੇ ਦੀਵਾਨਾਂ ਦੇ ਵਿੱਚ ਸਰਬੱਤ ਭਲੇ ਵਾਸਤੇ ਸਮੁੱਚੀਆਂ ਸੰਗਤਾਂ ਵੱਲੋਂ ਦੋ ਸ਼੍ਰੀ ਸਹਿਜ ਸੰਤ ਪਾਤ ਜਪਜੀਤ ਸਿੰਘ ਕੌਫੀ ਸਰ ਮੂਲ ਮੰਤਰ ਤਾਤੀ ਪੌੜੀ ਜਾਪਾ ਸਮੇਤ ਆਰੰਭ ਹੋਏ, ਜੋ ਬਾਣੀ ਸ਼ੁਰੂ ਤੋਂ ਅੱਧ ਮੱਧ ਸ਼ਕੂਰਨ ਤਾਈ ਭੋਗ ਪਏ ਆ। ਭੋਗ ਤੋਂ ਉਪਰੰਤ ਦੀਵਾਨ ਸੱਜਿਆ, ਦੀਵਾਨ ਤੋਂ ਉਪਰੰਤ ਪਾਤਸ਼ਾਹ ਦੀ ਮਹਾਨ ਕਿਰਪਾ ਸਤਿਆਰਾਂ ਦੇ ਪ੍ਰਵਾਹ ਚੱਲੇ। ਅੱਜ ਦਾ ਸਮਾਗਮ ਸਾਰਾ ਸਰਬੱਤ ਦੇ ਭਲੇ ਵਾਸਤੇ ਅਤੇ ਸਮੁੱਚੇ ਦੇਸ਼ ਦੇ ਚੜ੍ਹਦੀ ਕਲਾ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਹੋਈਆਂ। ਗੁਰੂ ਪਾਤਸ਼ਾਹ ਕਿਰਪਾ ਕਰ, ਜਿਹੜੀਆਂ ਵੀ ਸੰਗਤਾਂ ਅੱਜ ਪਾਤਸ਼ਾਹ ਦੇ ਚਰਨਾਂ ਵਿੱਚ ਜੁੜੀਆਂ, ਚੜ੍ਹਦੀਆਂ ਕਲਾਈਆਂ ਦਾਤਾ ਸਭ ਨੂੰ ਬਖਸ਼ਿਸ਼ ਕਰਨ, ਜੋ ਅੱਜ ਵਿਧਾਨ ਸਭਾ ਦੇ ਵਿੱਚ ਵੋਟਾਂ ਚੱਲ ਰਹੀਆਂ, ਉਹਨਾਂ ਵੋਟਾਂ 'ਤੇ ਸਾਰਿਆਂ ਨੂੰ ਆਪੋ ਆਪਣੇ ਵੋਟ ਦਾ ਹੱਕ ਸਤਿਗੁਰੂ ਪਾਤਸ਼ਾਹ ਪ੍ਰੇਮ ਸਹਿਤ ਨਿਭਾਉਣ ਦੀ ਵੱਲ ਬੁੱਧ ਸਮੱਤ ਬਖਸ਼ਣ ਅਤੇ ਭਲੀ ਪਾ ਕੇ ਸਹੀ ਸਲਾਮਤ ਸਾਰੇ ਕਾਰਜ ਹੋਣ, ਇਹਨਾਂ ਦੀ ਸਲਾਮਤੀ ਵਾਸਤੇ ਅੱਜ ਬਣ ਕੇ ਜਾਪ ਹੋਇਆ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ, ਸੰਤ ਬਾਬਾ ਜਰਨੈਲ ਸਿੰਘ ਨੰਗਲ ਵੇਟ ਆਲੋ ਬਲੋਕ ਵਾਲੇ ਮਹਾਂਪੁਰਖਾਂ, ਉਹਨਾਂ ਵੱਲੋਂ ਸਾਰੇ ਜਥੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਾਡਾ ਮੁੱਖ ਮੰਤਵ ਚੰਗੀ ਸਿਹਤ ਅਤੇ ਉਚੇਰੀ ਸਿੱਖਿਆ ਹਰ ਵਰਗ ਨੂੰ ਦੇਣਾ। ਸਾਡਾ ਸੁਪਨਾ ਨਸ਼ਾ ਅਤੇ ਭ੍ਰਿਸ਼ਟਾਚਾਰ ਮਿਟਾਉਣਾ। ਹਲਕਾ ਫਿਲੌਰ ਤੋਂ ਆਜ਼ਾਦ ਉਮੀਦਵਾਰ ਸਵਰਨ ਸਿੰਘ ਮੋਮੀ ਨੂੰ 20 ਫਰਵਰੀ ਨੂੰ ਚੋਣ ਨਿਸ਼ਾਨ ਟੈਲੀਵਿਜ਼ਨ ਦਾ ਬਟਨ ਦਬਾ ਕੇ ਕਾਮਯਾਬ ਬਣਾਓ। Subscribe now and press the bell icon. Never miss an update.